ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਾਂਧਲ ਟੀ ਵੀ ਦੀ ਤਰਫੋਂ ਮੁਹੰਮਦ ਬਸ਼ੀਰ ਪੀਪਾ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਜਨਾਬ। ਅਸੀਂ ਇੱਕ ਨਵਾਂ ਮਸਲਾ ਲੈ ਕੇ ਅੱਜ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਕੁਝ ਦੇਰ ਪਹਿਲੇ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਇੱਕ ਬਾਜ਼ਾਰ ਚੱਕ ਨੰਬਰ 217 ਦਾ, ਜਿਹਦੇ ਕਿ ਮਿੱਟੀ ਪੈ ਗਈ, ਕੰਮ ਹੋ ਗਿਆ। ਉਸ ਦਿਨ ਅਸੀਂ ਅੱਗੇ ਨਹੀਂ ਸੀ ਗੁਜ਼ਰ ਸਕਦੇ, ਲੇਕਿਨ ਅੱਜ ਅਸੀਂ ਅੱਗੇ ਆਏ ਹਾਂ ਅਤੇ ਉਸ ਤੋਂ ਵੀ ਇੱਕ ਸੰਗੀਨ ਮਸਲਾ ਜਿਹੜਾ ਉਹ ਸਾਡੀ ਨਜ਼ਰ 'ਚ ਆਇਆ ਅਤੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਔਰ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਦੇਖੋ ਕਿ PTI ਦੀ ਹਕੂਮਤ ਜਦੋਂ ਦੀ ਵੀ ਆਈ ਹੈ ਇਹਨੇ ਕੋਈ ਕੰਮ ਨਹੀਂ ਕੀਤਾ। ਸਿਰਫ਼ ਜ਼ਬਾਨੀ ਕਲਾਮੀ, ਸਬਜ਼ ਬਾਗ ਜਿਹੜੇ ਲੋਕਾਂ ਨੂੰ ਬਹੁਤ ਦਿਖਾਏ ਨੇ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ ਵੀ ਦੇਖੋ ਇਹ ਮਸਲਾ ਕਿੱਡਾ ਕੁ ਅਹਿਮ ਹੈ। ਇਹ ਗੰਦਗੀ ਦੇ ਢੇਰ ਲੱਗੇ ਨੇ ਸਾਹਮਣੇ, ਪਾਣੀ ਗੰਦਾ ਹੈ, ਛੱਪੜ ਹੈ, ਡੈਂਗੀ ਇੱਥੋਂ ਪੈਦਾ ਹੋ ਰਿਹਾ, ਯਰਕਾਨ ਇੱਥੋਂ ਪੈਦਾ ਹੋ ਰਿਹਾ, ਪੀਣੇ ਦਾ ਪਾਣੀ ਇਸ ਇਲਾਕੇ ਦਾ ਤਾਂ ਕਿਸੇ ਕਾਬਲ ਹੈ ਹੀ ਨਹੀਂ ਨਾ। ਲਹਿਜ਼ਾ ਜਨਾਬ ਸ਼ੇਖ ਖੁਰਮ ਸਜ਼ਾਦ ਸਾਹਿਬ ਨੂੰ ਸਾਡੀ ਇਹ ਦਰਖਾਸਤ ਹੈ ਕਿ ਜਨਾਬ ਕਮ ਅਜ਼ ਕਮ ਇੱਕ ਵਾਰੀ ਇਸ ਇਲਾਕੇ ਦਾ ਵਿਜ਼ਿਟ ਤਾਂ ਕਰੋ, ਦੇਖੋ ਤਾਂ ਸਹੀ, ਆ ਕੇ ਇੱਥੇ 2 ਦਿਨ ਸਾਡਾ ਆ ਕੇ ਗੱਲਬਾਤ ਸੁਣੋ ਵੀ ਯਾਰ ਇਹ ਕਿਹੜੀਆਂ ਕਿਹੜੇ ਮਸਲੇ ਔਰ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦੇ ਵਿੱਚ ਇੱਥੇ ਰਹਿ ਰਹੇ ਨੇ। ਅਹਿਲੇ ਮਹੱਲਾ ਦੇ ਨਾਲ ਅਸੀਂ ਗੱਲ ਕਰਦੇ ਹਾਂ। ਜਨਾਬ ਮੁਹੰਮਦ ਸ਼ਕੀਲ ਸਾਹਿਬ ਸਾਡੇ ਨਾਲ ਹਾਜ਼ਰ ਨੇ। ਸ਼ਕੀਲ ਸਾਹਿਬ ਕੀ ਹਾਲ ਹੈ ਜਨਾਬ ਤੁਹਾਡਾ? ਅੱਲਾ ਦਾ ਸ਼ੁਕਰ ਹੈ ਮਾਰਾ। ਅੱਛਾ, ਇਹ ਦੱਸੋ ਵੀ ਇਹ ਜਿਹੜਾ ਗੰਦਗੀ ਹੈ ਕਿੰਨੇ ਅਰਸੇ ਤੋਂ ਇੱਥੇ ਹੈ? ਇਹ ਜਦੋਂ ਦਾ ਨਵਾਂ ਪਾਕਿਸਤਾਨ ਬਣਿਆ ਨਾ ਉਦੋਂ ਦੀ ਗੰਦਗੀ ਹੈ। ਸ਼ੇਖ ਸਾਹਿਬ ਨੂੰ ਅਸੀਂ ਜਿਤਵਾਇਆ ਸੀ ਚੰਗੀਆਂ ਵੋਟਾਂ ਨਾਲ, ਚਕੇਰੋਂ ਜੁੱਤ ਕੇ ਗਏ ਸੀ। ਉਹਨਾਂ ਨੇ ਵਾਅਦਾ ਕੀਤਾ ਸੀ ਵੀ ਮਹੀਨੇ ਦੇ ਵਿੱਚ ਇੱਕ ਵਾਰੀ ਮੈਂ ਜ਼ਰੂਰ ਆਵਾਂਗਾ। 1.5 ਸਾਲ ਗੁਜ਼ਰ ਗਿਆ ਹੈ। ਪਹਿਲੇ ਉਹਨੇ ਕਿਹਾ ਜੂਨ ਦੇ ਵਿੱਚ ਕੰਮ ਸ਼ੁਰੂ ਹੋਣਗੇ, ਨਾ ਸਾਡਾ ਗੰਦੇ ਪਾਣੀ ਦੀ ਨਿਕਾਸੀ ਹੈ ਬਲਕਿ ਗੋਬਰ, ਗੰਦਾ ਪਾਣੀ ਪੀਣ ਤੋਂ ਬੱਚੇ ਬਿਮਾਰੀਆਂ ਪਤਾ ਨਹੀਂ ਕਿੰਨੀਆਂ ਲੱਗਣ ਡੀਆਂ ਨੇ। ਪਹਿਲੇ ਸ਼ੇਖ ਸਾਹਿਬ ਨੇ ਜੂਨ ਦਾ ਵਾਅਦਾ ਕੀਤਾ, ਫਿਰ ਜੂਨ ਤੋਂ ਬਾਅਦ ਜਨਾਬ ਫਿਰ ਨਵੰਬਰ ਦਾ ਵਾਅਦਾ ਕੀਤਾ, ਨਵੰਬਰ ਤੋਂ ਬਾਅਦ ਹੁਣ ਦਸੰਬਰ ਆ ਗਿਆ, ਦਸੰਬਰ ਤੋਂ ਬਾਅਦ ਹੁਣ ਜਨਵਰੀ ਆ ਗਈ। ਸਾਡੇ ਪਿੰਡ ਦਾ ਕੋਈ ਕੰਮ ਨਹੀਂ ਹੋਇਆ। ਗੋਬਰ, ਬਿਮਾਰੀਆਂ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲਾ ਪਾਣੀ ਦਾ ਅਗਰ ਸੈਂਪਲ ਲੈ ਜਾਓ ਤਾਂ ਇੰਨੀਆਂ ਬਿਮਾਰੀਆਂ ਨੇ ਪਤਾ ਹੀ ਨਹੀਂ ਲੱਗ ਸਕਦਾ। ਇਹ ਜਨਾਬ ਬਿਲਕੁਲ ਇਹ ਮਸਲਾ ਜਿਹੜਾ ਬਹੁਤ ਵੱਡਾ ਕਿ ਇੱਥੇ ਪੀਣੇ ਦਾ ਪਾਣੀ ਜਿਹੜਾ ਉਹ ਕਿਸੇ ਕਾਬਲ ਨਹੀਂ ਹੈ। ਲਹਿਜ਼ਾ ਇਹ ਜਨਾਬ ਸ਼ੇਖ ਖੁਰਮ ਸਜ਼ਾਦ ਸਾਹਿਬ ਨੂੰ ਸਾਡੀ ਦਰਖਾਸਤ ਹੈ ਕਿ ਕਮ ਅਜ਼ ਕਮ ਇੱਥੇ ਇੱਕ ਦਿਨ ਜ਼ਰੂਰ ਆਓ, ਅਸੀਂ ਤੁਹਾਨੂੰ ਦੱਸੀਏ ਵੀ ਇੱਥੇ ਤਾਂ ਕੀ ਮਸਲੇ ਨੇ। ਔਰ ਜ਼ਬਾਨੀ ਗੁਲਾਮੀ ਨਹੀਂ, ਸਾਨੂੰ ਕੰਮ ਕਰਕੇ ਵਿਖਾਓ ਤਾਂ ਕਿ ਅਸੀਂ ਆਈਂਦਾ ਤੁਹਾਨੂੰ ਵੋਟ ਦੇਣ ਵਾਲੇ ਬਣੀਏ। ਅਗਰ ਅਸੀਂ ਗਲਤੀ ਕਰ ਲਈਏ ਵੋਟ ਦੇਣ ਵਾਲੀ ਤਾਂ ਇਹ ਕਾਬਲ ਰੱਖੋ ਸਾਨੂੰ ਕਿ ਅਸੀਂ ਆਈਂਦਾ ਵੀ ਤੁਹਾਨੂੰ ਵੋਟ ਦੇਈਏ। ਜਨਾਬ ਕੈਮਰਾਮੈਨ ਯਾਸਰ ਅਲੀ ਖਾਨ, ਸਾਂਧਲ TV, ਚਕੇਰਾ 217, ਫੈਸਲਾਬਾਦ।